Appu! Appu! ਕੀ ਹੋਇਆ ਬਾਪੂ ਲਿਆ ਰੇ ਮੈਨੂੰ ਪੁੱਤ ਕੀ ਲਿਆ ਉਹਨੂੰ ਪੁੱਤ ਬਾਪੂ ਲਿਆ ਦੇ ਪੁੱਤ ਕੀ ਹੋ ਗਿਆ ਇਹਨਾਂ ਦੇ ਬਾਪੂ ਸੀ ਟੁੱਟਦਾ ਓਏ ਮੇਰੇ ਪੁੱਤ ਨੂੰ ਕੀ ਹੋ ਗਿਆ ਬਾਪੂ ਲਿਆ ਦੇ ਹੁਣ ਬਾਪੂ ਕੀ ਲਿਆ ਦੇ ਪੁੱਤ ਬਾਪੂ ਲਿਆ ਦੇ ਓਏ ਮੇਰੇ ਪੁੱਤ ਕੀ ਹੋ ਗਿਆ ਇਹਨਾਂ ਦੇ ਪੁੱਤ ਬਾਪੂ ਇਹਨਾਂ ਦੇ ਪੁੱਤ ਕੀ ਹੋ ਗਿਆ ਮੇਰੇ ਪੁੱਤ ਲਿਆ ਦੇ ਬਾਪੂ ਸਾਰਾ ਦਾ ਘਰ ਟੁੱਟ ਗਿਆ ਪੁੱਤ ਓ ਕੀ ਹੋ ਗਿਆ ਪੁੱਤ ਬਾਪੂ ਬਾਪੂ ਓ ਨਹੀਂ ਮੇਰੇ ਬੱਚੇ ਨਸ਼ਾ ਖਾ ਗਿਆ ਮੇਰੇ ਪੁੱਤ ਨੂੰ ਕੌਣ ਬਣੇ ਸਹਾਰਾ ਮੇਰਾ ਮੇਰਾ ਪੁੱਤ ਉਹ ਖਾ ਗਿਆ ਉਹ ਨਸ਼ਾ ਚਾੜਤਾ ਨਸ਼ੇ ਨੇ ਕੀ ਕਰੂੰ ਮੈਂ ਵੀ ਸੀਗੇ ਰੱਬਾ ਪੰਦਰ ਵੀ ਚੱਕ ਲੈ ਤੂੰ ਉਹ ਮਾਂ ਮੰਜੇ ਦੇ ਪਈ ਹੈ ਇਹਦੀ ਕਿਹਨੂੰ ਕਿਹਦੇ ਨਾਲ ਤੂੰ ਸਾਂਝਾ ਕਰਾ ਚੱਕ ਲੈ ਇਹ ਕੀ ਕਰ ਰਹੇ ਹੋ ਤੁਸੀਂ ਬੇਟਾ ਇਹ ਕੀ ਕਰ ਰਹੇ ਹੋ ਚੱਲ ਚੱਲ ਬਾਬਾ ਕੰਮ ਕਰ ਆਪਣਾ ਇਹ ਨਾ ਕਰੋ ਪੁੱਤਰੋ ਇਹ ਨਾ ਕਰੋ ਮੇਰਾ ਮੁੰਡਾ ਸੀ ਠੋਡੇ ਵਰਗਾ ਜੋ ਅੱਜ ਨਹੀਂ ਰਿਹਾ ਜੋ ਅੱਜ ਇਸ ਦੁਨੀਆਂ 'ਚ ਨਹੀਂ ਰਿਹਾ ਇਹਨਾਂ ਹੱਥਾਂ ਨਾਲ ਪਾਲਿਆ ਸੀ ਮੈਂ ਇਹਨਾਂ ਹੱਥਾਂ 'ਚ ਹੀ ਜਾਨ ਨਿਕਲੀ ਮੇਰੇ ਸਾਹਮਣੇ ਤੜਪ ਤੜਪ ਕੇ ਪਏ ਮੇਰਾ ਪੰਜਾਬ ਕਿਹੜੇ ਰਾਹੀਂ ਪੈ ਗਿਆ ਛੇਵਾਂ ਦਰਿਆ ਨਸ਼ਿਆਂ ਦਾ ਵਗਦਾ ਹੈ ਅਤੇ ਪਹਿਲਾਂ ਪੰਜ ਦਰਿਆ ਵਗਦੇ ਸੀ ਹੁਣ ਛੇਵਾਂ ਦਰਿਆ ਕਿੱਥੋਂ ਆ ਗਿਆ ਨਾ ਕਰੋ ਬੇਟੋ ਨਾ ਕਰੋ ਮੇਰਾ ਪੁੱਤ ਅਮਲ ਆਉਂਦਾ ਸੀ ਜ਼ਿਲ੍ਹੇ 'ਚ ਅਮਲ ਆਉਂਦਾ ਸੀ ਅੱਜ ਪਤਾ ਨਹੀਂ ਕਿੱਥੇ ਹੈ ਜੇ ਅੱਜ ਉਰੇ ਹੁੰਦਾ ਵਧੀਆ ਨੌਕਰੀ ਲੱਗਿਆ ਹੁੰਦਾ ਸਾਰੇ ਪਿੰਡ ਨੂੰ ਮਾਰਦੇ ਮੇਰੇ ਪੁੱਤ ਦੇ ਸਾਰੇ ਪਿੰਡ ਨੂੰ ਪਰ ਅੱਜ ਮੇਰਾ ਪੁੱਤ ਨਹੀਂ ਰਿਹਾ ਮੇਰੇ ਕੋਲ ਨਹੀਂ ਰਿਹਾ ਬੇਟਾ ਤੁਸੀਂ ਦੇਖੋਗੇ ਹੁਣ ਮਾਂ ਬਾਪ ਨੂੰ ਤੜਫ ਤੜਫਦੇ ਏਦਾਂ ਦੇਖਣਾ ਚਾਹੁੰਦੇ ਹੋ
क्यों इन टीकिया नशिया च अपना भविख खराब करते हो, क्यों खराब करते हो बेटा? अवल आता से जल्द सारे पिंड नु मारती मेरे पुत ते, सारे कहते सी ओदा मुंडा आ बनूगा आ बनूगा, पर अज मेरा पुत नहीं रहा, अज मेरे कोल मेरा पुत नहीं रहा। हुण टेंशन होंदी है गल दी, कौन बनूगा सहारा मेरा? छोटा हुंदा सी कहता सी बेटा पापा मैं पायलट बनूंगा पायलट, अज जहाज लंघदा है एक दे सप लौटदे ने एक दे सप। ਤੁਹਾਡੇ ਵਿੱਚ ਦਿਖਦਾ ਮੈਨੂੰ ਪੁੱਤ ਮੇਰੇ, ਤੁਹਾਡੇ ਵਿੱਚ। ਇਹ ਨਾ ਕਰੋ ਤੁਸੀਂ, ਇਹ ਨਾ ਕਰੋ ਬੇਟਾ, ਤੁਸੀਂ ਨਾ ਕਰੋ। ਇਹ ਟੀਕੇ ਕੈਪਸੂਲ ਤੁਹਾਡੀ ਜ਼ਿੰਦਗੀ ਖਰਾਬ ਕਰ ਦੂੰਗੇ। ਉਹਦੀ ਮਾਂ ਨੂੰ ਤਾਂ ਪਤਾ ਵੀ ਨਹੀਂ ਹਲੇ ਕਿ ਪੁੱਤ ਹੁਣ ਮੁੜ ਕੇ ਨਹੀਂ ਆਊਗਾ ਉਹਨਾਂ ਦਾ। ਉਹਨੂੰ ਤਾਂ ਅੱਜ ਵੀ ਯਾਦ ਹੈ ਕਿ ਮੇਰਾ ਪੁੱਤ ਪੜ੍ਹਨ ਗਿਆ ਕਿਤੇ ਬਾਹਰ, ਵਾਪਸ ਆ ਜਾਊਗਾ। ਪਰ ਉਹਨੂੰ ਕਿਵੇਂ ਦੱਸਾਂ ਮੈਂ, ਉਹ ਕਦੇ ਨਹੀਂ ਆਊਗਾ, ਕਦੇ ਨਹੀਂ ਆਊਗਾ। ਦੇਖਣਾ ਚਾਹੁੰਦੇ ਤੁਸੀਂ ਆਪਣੇ ਮਾਂ ਬਾਪ ਨੂੰ ਤੜਫਦੇ ਇੱਦਾਂ? ਦੇਖਣਾ ਚਾਹੋਗੇ ਪੁੱਤ ਇਹ ਹਾਲ ਹੁੰਦਾ ਮਾਂ ਬਾਪ ਦਾ, ਪਿੱਛੋਂ ਪੁੱਤਰ ਦਾ ਇਹ ਹਾਲ ਹੁੰਦਾ, ਜਾਂ ਕਿਸੇ ਜਵਾਨ ਧੀ ਪੁੱਤ ਚੱਲ ਜਾਂਦਾ ਛੱਡ ਕੇ, ਇਹ ਹਾਲ ਹੁੰਦਾ, ਇਹ ਹਾਲ ਹੁੰਦਾ। ਬਾਪੂ ਜੀ ਬਾਪੂ ਜੀ ਸਾਨੂੰ ਅਹਿਸਾਸ ਹੋ ਗਿਆ, ਅੱਜ ਤੋਂ ਬਾਅਦ ਆਪਾਂ ਨਸ਼ੇ ਨਹੀਂ ਕਰਦੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਡੀ ਇਹ ਵੀਡੀਓ ਇੱਕ ਸੱਚੀ ਘਟਨਾ 'ਤੇ ਆਧਾਰਿਤ ਹੈ। ਜੇ ਤੁਹਾਨੂੰ ਸਾਡੀ ਕੋਈ ਵੀ ਗਲਤੀ ਲੱਗਦੀ ਹੋਵੇ ਤਾਂ ਆਪਾਂ ਮਾਫ਼ੀ ਦੇ ਪਾਤਰ ਹਾਂ, ਸਾਨੂੰ ਛੋਟੇ ਸਮਝੀਏ, ਮਾਫ਼ ਕਰਿਓ ਜੀ। ਇਹ ਵੀਡੀਓ ਆਪਾਂ ਪੰਜਾਬ 'ਚ ਵਗਦੇ 6ਵੇਂ ਦਰਿਆ 'ਤੇ ਬਣਾਈ ਹੈ, ਜੋ ਕਿ ਇਹ ਦਰਿਆ ਸਾਡੇ ਪੰਜਾਬ ਦੀ ਨਵੀਂ ਪੀੜ੍ਹੀ ਨੌਜਵਾਨਾਂ ਨੂੰ ਅੰਦਰੋਂ ਅੰਦਰੀ ਘੁਣੇ ਵਾਂਗ ਖਤਮ ਕਰ ਰਿਹਾ ਹੈ। ਮੈਂ ਸਾਰੇ ਵੀਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਦਰਿਆ ਤੋਂ ਬਚ ਕੇ ਰਹੋ, ਜੋ ਕਿ ਸਾਡੀ ਜਵਾਨੀ, ਸਾਡੇ ਆਉਣ ਵਾਲੇ ਵਿਹੜਿਆਂ ਦੀ ਰੌਣਕ ਨੂੰ ਖਤਮ ਕਰ ਰਿਹਾ ਹੈ। ਮੈਂ ਜ਼ਿਆਦਾ ਕੁਝ ਨਾ ਬੋਲਦੇ ਹੋਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਅਪੀਲ ਕਰਦਾ ਹਾਂ, ਅਤੇ ਨਾਲੇ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ, ਜੋ ਧੀ ਪੁੱਤ ਆਪਣੇ ਮਾਂ ਬਾਪ ਦੇ ਨਜ਼ਰਾਂ ਤੋਂ ਓਹਲੇ ਇਹ ਨਸ਼ੇ ਦੇ ਆਦੀ ਹੋ ਗਏ ਹਨ, ਇਸ ਚੰਦਰੀ ਬਿਮਾਰੀ ਤੋਂ ਰਾਹਤ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।